ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਪੰਜਾਬ 'ਚ ਕਰਫਿਊ ਹੈ। ਇਸੇ ਮਾਹੌਲ ਦੇ ਵਿੱਚ ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਠੀਕਰੀ ਪਹਿਰਾ ਲੱਗਿਆ ਹੋਇਆ ਸੀ। ਦੱਸਿਆ ਜਾ ਰਿਹਾ ਕਿ ਠੀਕਰੀ ਪਹਿਰੇ ਦੇ ਉੱਤੇ ਇੱਕ ਬੰਦੇ ਨੂੰ ਰੋਕਿਆ ਗਿਆ ਜਿਸ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਪਿੰਡ ਵਿੱਚੋਂ ਹੀ ਇੱਕ ਮਹਿਲਾ ਦੇ ਘਰੋਂ ਨਿਕਲਿਆ ਸੀ, ਜਿਸ ਦੇ ਪਿੰਡ ਦੇ ਲੋਕਾਂ ਨੇ ਉਸਨੂੰ ਠੀਕਰੀ ਪਹਿਰੇ ਕਰਕੇ ਰੋਕਿਆ ਅਤੇ ਉਸਦੇ ਗੋਲੀਆਂ ਚਲਾ ਦਿੱਤੀਆਂ। ਜਦੋਂ ਉਸਦੀ ਪਛਾਣ ਹੋਈ ਤਾਂ ਪਿੰਡ ਦੇ ਮੈਂਬਰ ਪੰਚਾਇਤ ਵੀ ਉਸਦੇ ਘਰ ਪਹੁੰਚੇ ਅਤੇ ਉਹਨਾਂ ਨੇ ਘਰੋਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਯਾਨੀ ਕਿ ਮਿੰਟਾਂ ਵਿੱਚ ਹੀ ਪਿੰਡ ਦੇ ਵਿੱਚ ਕਈ ਗੋਲੀਆਂ ਚੱਲੀਆਂ। ਫਿਲਹਾਲ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਪਰ ਇੱਕ ਗੱਲ ਤਾਂ ਸਾਫ਼ ਹੈ, ਠੀਕਰੀ ਪੈਰੇ ਕਰਕੇ ਮੁੰਡਿਆਂ ਨੂੰ ਗੋਲੀਆਂ ਲੱਗ ਗਈਆਂ। ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਜੋਨੀ ਗੇਰਾ ਦੀ ਰਿਪੋਰਟ। ਅਤੇ ਅਸੀਂ ਤਕਰੀਬਨ ਕਾਫੀ ਪਿੰਡ ਦੇ ਮੋਹਤਵਾਰ ਬੰਦੇ ਵੀ ਇਕੱਠੇ ਹੋ ਗਏ। ਅਸੀਂ ਵੀ ਜਿਹੜੇ ਪਤਾ ਕੀਤਾ ਵੀ ਇਹਦੇ ਗੋਲੀ ਦਾਰੇ ਨੇ ਮਾਰੀ ਆ। ਮੈਂ ਕਿਹਾ ਚਲੋ ਉਹਦੇ ਘਰ ਜਾ ਕੇ ਪੁੱਛਦੇ ਹਾਂ ਵੀ ਮੁੰਡੇ ਪਹਿਰੇ 'ਤੇ ਆ, ਵੀ ਤੂੰ ਸਾਡੇ ਪਾਸੇ ਕੀ ਕਰਨਾ ਆ। ਉਸ ਕਿਸੇ ਲੇਡੀ ਦੇ ਘਰੋਂ ਇਹ ਜਿਹੜੇ ਨਿਕਲਿਆ, ਅਤੇ ਜਿਹੜੇ ਅਸੀਂ ਉਹਦੇ ਘਰ ਜਾ ਕੇ ਪੁੱਛਿਆ ਵੀ ਦਾਰਾ ਘਰ ਹੈਗਾ, ਇੱਦੀ ਗੱਲ ਹੀ ਪੁੱਛੀ ਆ ਜੀ। ਜਦ ਦੋਨੇ ਭਰਾ ਕੋਠੇ ਤੋਂ ਉਹ ਫਾਇਰ ਸਿੱਧੇ ਕਰਨ ਲੱਗ ਪਏ, ਮੋਹਤਵਾਰ ਬੰਦਿਆਂ ਨੇ ਭੱਜ ਕੇ ਜਾਨ ਬਚਾਈ ਆ। ਅਤੇ ਮੇਰੇ ਕੋਲ ਛੜੇ ਬਾਂਹ ਦੇ ਵਿੱਚ ਲੱਗੇ ਜੀ, ਮੈਂ ਵੀ ਕੰਧ ਦੇ ਉਹਲੇ ਹੋ ਕੇ ਆਪਣੀ ਜਾਨ ਬਚਾ ਕੇ ਅਤੇ ਆਇਆ ਜੀ। ਅਤੇ ਮੌਜੂਦ ਮੌਕੇ 'ਤੇ ਸਾਡੇ ਸਰਾਂ ਚੌਂਕੀ ਵਾਲੇ ਮੁਲਾਜ਼ਮ ਵੀ ਆਏ ਆ, ਉਹਨਾਂ ਨੂੰ ਵੀ ਮੈਂ ਰੁਕਿਆ ਜੀ ਤੁਸੀਂ ਅੱਗੇ ਨਾ ਜਾਇਓ, ਫਾਇਰਿੰਗ ਹੋ ਰਹੀ ਆ, ਉਦੋਂ ਸਿੱਧੀਆਂ ਗੋਲੀਆਂ ਮਾਰਦੇ ਆ। ਅਤੇ ਤਕਰੀਬਨ ਪੁਲਿਸ ਕਰਮੀਆਂ ਨੂੰ ਪਤਾ ਜੀ ਉਹ ਸਿੱਧੇ ਫਾਇਰ ਕਰ ਰਿਹਾ ਸੀ। ਮੈਂ ਮੈਂਬਰ ਪੰਚਾਇਤ ਹੋਣ ਦੇ ਨਾਤੇ ਚਾਹੁੰਦਾ ਵੀ ਉੱਥੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਜਿਹੜਾ ਇਹਨਾਂ ਨੇ ਪਹਿਰਾ ਲਾਇਆ ਸੀ ਉਹ ਕਿਹਦੇ ਕਹਿਣ 'ਤੇ ਪਹਿਰਾ ਲਾਇਆ ਸੀ? ਉਹ ਜੀ ਸਾਨੂੰ ਵਾਰਡ ਬਾਈ ਸਰਪੰਚ ਸਾਹਿਬ ਨੇ ਕਿਹਾ ਵੀ ਵਾਰਡ ਬਾਈ ਆਪੋ ਆਪਣੇ ਏਰੀਆ ਵਿੱਚ ਪਹਿਰਾ ਲਾਓ, ਅਤੇ ਅੱਜ ਇਹ ਮੁੰਡਿਆਂ ਦੀ ਵਾਰੀ ਸੀਗੀ ਅਤੇ ਅਸੀਂ ਇਹਨਾਂ ਨੂੰ ਕਿਹਾ ਜੀ ਪਹਿਰਾ, ਤੁਸੀਂ ਅੱਜ ਨਾਈਟ ਡਿਊਟੀ ਤੁਹਾਡੀ ਆ। ਇਹ ਨਾਈਟ ਡਿਊਟੀ ਧਰਮਸਰਾਂ ਦੇ ਉੱਥੇ ਬੈਠੇ ਸੀ, ਉਸ ਕਿਸੇ ਲੇਡੀ ਦੇ ਘਰੋਂ ਨਿਕਲਿਆ ਅਤੇ ਇਹ ਮੁੰਡੇ 'ਤੇ ਗੋਲੀ ਲੱਗੀ। ਅਤੇ ਫਿਰ ਇਹਨਾਂ ਨੇ ਮੈਨੂੰ ਸੂਚਨਾ ਦਿੱਤੀ, ਪੰਚ ਸਾਹਿਬ ਅਸੀਂ ਇੱਥੇ ਡਿਊਟੀ 'ਤੇ ਸੀਗੇ ਅਤੇ ਸਾਡੇ 'ਤੇ ਦਰਦਾਰ ਸਿੰਘ ਦਾਰਾ ਨੇ ਫਾਇਰ ਕੀਤਾ, ਦੋ ਮਿਸ ਹੋ ਗਏ ਅਤੇ ਇੱਕ ਇਹ ਮੁੰਡੇ ਦੇ ਡੌਲੇ ਵਿੱਚ ਲੱਗਾ। ਇਹ ਪਹਿਰੇ ਜਿਹੜੇ ਲੱਗੇ ਲੱਗਦੇ ਆ ਕਾਹਦੇ ਕਰਕੇ ਲੱਗੇ ਪਹਿਰੇ? ਇਹ ਕਰੋਨਾ ਵਾਇਰਸ ਕਰਕੇ ਲੱਗੇ ਆ ਜੀ। ਕੋਈ ਅਣਪਛਾਤਾ ਜਾਂ ਕੋਈ ਗੈਰ ਬੰਦਾ ਸਾਡੇ ਏਰੀਆ ਵਿੱਚ ਨਾ ਘੁੰਮੇ, ਜਿਸ ਕਰਕੇ ਬਿਮਾਰੀ ਫੈਲੇ। ਅਤੇ ਇਹ ਗੌਰਮੈਂਟ ਵੱਲੋਂ ਵੀ ਆਦੇਸ਼ ਜਾਰੀ ਆ ਜੀ, ਆਪੋ ਆਪਣੇ ਆਪ ਸੇਫਟੀ ਕਰੋ, ਪਹਿਰੇ ਲਾਓ। ਬੀਤੀ ਰਾਤ ਪਿੰਡ ਘਧਾਲਾ ਜੱਟਾਂ ਵਿਖੇ ਲੋਕਡਾਊਨ ਦੇ ਚੱਲਦੇ ਹੋਏ ਪਿੰਡ ਦੇ ਮੈਂਬਰ ਅਤੇ ਹੋਰ ਵਿਅਕਤੀਆਂ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਅਤੇ ਪਹਿਰਾ ਲਗਾਇਆ ਗਿਆ ਸੀ। ਤਾਂ ਵਕਤ ਕਰੀਬ 2:30 ਰਾਤ ਦੇ ਦਿਲਦਾਰ ਉਰਫ ਦਾਰਾ ਵਾਸੀ ਘਧਾਲਾ ਜੱਟਾਂ ਕਿਸੇ ਔਰਤ ਦੇ ਘਰੋਂ ਨਿਕਲ ਕੇ ਗਲੀ ਵਿੱਚ ਆਇਆ ਤਾਂ ਨਾਕੇ ਵਾਲੇ ਵਿਅਕਤੀਆਂ ਨੇ ਉਹਨਾਂ ਨੂੰ ਪੁੱਛਿਆ ਵੀ ਤੂੰ ਇਸ ਵੇਲੇ ਕਿੱਥੇ ਘੁੰਮ ਰਿਹਾ ਹੈ? ਤਾਂ ਉਸ ਨੇ ਆਪਣਾ ਰਿਵਾਲਵਰ ਨਾਲ ਇਹਨਾਂ ਦੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ, ਜਿਸ ਨਾਲ ਚੰਦਨਦੀਪ ਸਿੰਘ ਅਤੇ ਮਨਦੀਪ ਸਿੰਘ ਮੰਨਾ ਵਾਸੀ ਘਧਾਲਾ ਜੱਟਾਂ ਜ਼ਖਮੀ ਹੋ ਗਏ, ਜੋ ਜ਼ੇਰੇ ਇਲਾਜ ਹਸਪਤਾਲ ਹਨ, ਜਿਨ੍ਹਾਂ ਦੇ ਬਿਆਨ ਅਸਰ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਤਫਤੀਸ਼ ਜਾਰੀ ਹੈ। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ, ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ, ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ, ਕਰੋ ਸੰਪਰਕ 97793-95956।